ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਕਮਰਜੀਤ ਸਿੰਘ ਮੌਂਗਾ, ਬ੍ਰਿਟਿਸ਼ ਇੰਸਟੀਚਿਊਟ ਐਂਡ ਇਮੀਗ੍ਰੇਸ਼ਨ ਆਫਿਸ ਬਾਘਾ ਪੁਰਾਣਾ। ਤੇ ਅੱਜ ਸਾਡੇ ਲਈ ਬਹੁਤ ਵੱਡੀ ਅਚੀਵਮੈਂਟ ਹੈ ਜੀ। 11 ਦਿਨ ਦੇ ਵਿੱਚ 2 ਵੀਜ਼ੇ ਮੇਰੇ ਨਾਲ ਨੇ, ਮਨਪ੍ਰੀਤ ਕੌਰ ਤੇ ਹਰਮਨਦੀਪ ਸਿੰਘ ਪਿੰਡ ਇਹਨਾਂ ਦਾ ਮਿਲ ਜੇ ਕੇ ਆ, ਤੇ ਜ਼ਿਲ੍ਹਾ ਫਿਰੋਜ਼ਪੁਰ। ਅਸੀਂ ਇਹਨਾਂ ਮਾਂ ਪੁੱਤ ਦੋਨਾਂ ਦੀ ਇਕੱਠਿਆਂ ਦੀ ਫਾਈਲ ਅਪਲਾਈ ਕੀਤੀ ਸੀ, ਤੇ ਅੱਜ ਸਾਡੇ ਕੋਲ 11 ਦਿਨਾਂ ਦੇ ਵਿੱਚ ਕੈਨੇਡਾ ਦਾ ਮਲਟੀਪਲ ਵਿਜ਼ਟ ਵੀਜ਼ਾ ਲੱਗ ਕੇ ਆ ਚੁੱਕਿਆ। ਹਰਮਨ ਦਾ 2032 ਤੱਕ ਦਾ ਵੀਜ਼ਾ ਲੱਗਿਆ ਤੇ ਮਨਪ੍ਰੀਤ ਦਾ 2034 ਤੱਕ ਦਾ ਪਾਸਪੋਰਟ ਸੀ ਤੇ 2034 ਤੱਕ ਦਾ ਵੀਜ਼ਾ ਲੱਗ ਕੇ ਆਇਆ ਹੈਗਾ। ਪ੍ਰੋਫਾਈਲ ਸ਼ੇਅਰ ਕਰ ਲੈਂਦੇ ਹਾਂ ਜੀ। ਹਰਮਨ ਇਹ ਸਟੂਡੈਂਟ ਆ, ਇਹਦੀ ਫਾਈਲ ਦੇ ਵਿੱਚ ਪਾਸਪੋਰਟ, ਆਧਾਰ ਕਾਰਡ, ਪੈਨ ਕਾਰਡ ਤੇ ਕਾਲਜ ਵੱਲੋਂ ਇੱਕ NOC ਲੱਗਿਆ ਸੀ, ਤੇ ਇਹਨਾਂ ਦੀ ਮਦਰ ਦਾ ਜਿਹੜੇ ਹੈਗੇ ਆ ਉਹਨਾਂ ਦੇ ਬਿਜ਼ਨਸ ਦੇ ਡਾਕੂਮੈਂਟਸ ਸਬਮਿਟ ਹੋਏ ਆ। ਮਨਪ੍ਰੀਤ ਦੀ ਜਿਹੜੀ ਬੇਟੀ ਆ ਕੈਨੇਡਾ ਦੇ ਵਿੱਚ ਸਿਰਫ 8-10 ਮਹੀਨੇ ਹੀ ਹੋਏ ਆ, ਸਟੱਡੀ ਵੀਜ਼ਾ ਤੇ ਗਏ ਹੋਏ ਤੇ ਬੇਟੀ ਵੱਲੋਂ ਸਪੋਂਸਰ ਆਈ ਸੀਗੀ ਤੇ ਗੁਰਦੁਆਰਾ ਸਾਹਿਬ ਦੀ ਬੁਕਿੰਗ ਹੋਈ ਆ। ਇਸ ਪ੍ਰੋਫਾਈਲ ਤੇ ਸਾਨੂੰ ਅੱਜ ਵੀਜ਼ਾ ਰਿਸੀਵ ਹੋਇਆ, ਨਾ ਤਾਂ ਕੋਈ ਟਰੈਵਲ ਹਿਸਟਰੀ ਸੀਗੀ ਤੇ ਨਾ ਹੀ ਕੋਈ ਪਹਿਲਾਂ ਰਿਫਿਊਜ਼ਲ ਸੀਗੀ। ਤੇ ਜੇ ਫੰਡਾਂ ਦੀ ਗੱਲ ਕਰੀਏ ਜੀ, ਤਕਰੀਬਨ 12-13 ਲੱਖ ਜਿਹੜੇ ਹੈਗੇ ਆ ਉਹ ਫੰਡਸ ਸ਼ੋਅ ਹੋਏ ਸੀ। ਤੇ ਹਰਮਨ ਐਜ਼ ਏ ਸਟੂਡੈਂਟ ਆ ਤਾਂ ਸਪੋਰਟ ਸਾਰੀ ਇਹਦੀ ਮਦਰ ਦੀ ਹੀ ਲੱਗੀ ਹੋਈ ਆ। ਤਕਰੀਬਨ 4,90,000 ਦੀ ITR ਜਿਹੜੀ ਹੈਗੀ ਆ ਉਹ ਮਨਪ੍ਰੀਤ ਦੀ ਫਾਈਲ ਹੋਈ ਆ। ਬਹੁਤ ਸਾਰੇ ਪੇਰੈਂਟਸ ਦਾ ਕੁਐਸਚਨ ਇਹ ਹੁੰਦਾ ਜੀ ਵੀ ਸਾਡੇ ਬੱਚੇ ਨੂੰ ਗਏ ਨੂੰ ਹਜੇ ਬਹੁਤ ਥੋੜਾ ਸਮਾਂ ਹੋਇਆ, ਨਾ ਇਹ ਵਰਕ ਪਰਮਿਟ ਆ ਨਾ PR ਹੋਇਆ, ਸਟੱਡੀ ਵੀਜ਼ਾ ਤੇ ਗਏ ਹੋਏ ਬੇਟੀ ਨੂੰ ਸਿਰਫ ਹਜੇ 8-10 ਮੰਥ ਹੋਏ ਸੀ ਤੇ ਉਹਨਾਂ ਨੇ ਆਪਣੇ ਬ੍ਰਦਰ ਨੂੰ ਤੇ ਆਪਦੀ ਮਦਰ ਨੂੰ ਇਨਵਾਈਟ ਕਰ ਲਿਆ ਤੇ ਅੱਜ 11 ਦਿਨਾਂ ਦੇ ਵਿੱਚ ਸਾਨੂੰ ਵੀਜ਼ਾ ਰਿਸੀਵ ਹੋਇਆ। ਤੇ ਆਓ ਜਾਣਦੇ ਇਹਨਾਂ ਤੋਂ ਵੀ ਇਹਨਾਂ ਨੂੰ ਆਪਣੀ ਸਰਵਿਸ ਕਿਵੇਂ ਲੱਗੀ। ਮੇਰਾ ਨਾਮ ਹਰਮਨਦੀਪ ਸਿੰਘ ਹੈ ਜੀ। ਮੇਰਾ ਤੇ ਮੇਰੇ ਮਦਰ ਦਾ ਵੀਜ਼ਾ ਆਇਆ, 11 ਦਿਨਾਂ ਦੇ ਵਿੱਚ ਵੀਜ਼ਾ ਆ ਗਿਆ। ਜੇ ਤੁਸੀਂ ਵੀ ਕੋਈ ਕੈਨੇਡਾ ਦਾ ਇਨਕੁਆਇਰੀ ਹੋਵੇ ਤਾਂ ਸਰ ਨੂੰ ਜ਼ਰੂਰ ਆ ਕੇ ਮਿਲਿਓ। ਸਰ ਦੀ ਸਰਵਿਸ ਸਾਨੂੰ ਬਹੁਤ ਵਧੀਆ ਲੱਗੀ।